layo layo. जोमैटो कंपनी के खिलाफ कर्मचारियों ने किया प्रदर्शन, कहा कंपनी लगातार अपना प्रॉफिट बढ़ा रही है लेकिन मुलाजमों को महज 20 रुपये डिलीवरी दे रही है। जब कंपनी नई नई आई थी तब डिलीवरी 35 रुपये देती थी, फिर 30 और अब 20 रुपये दे रही है। कर्मचारी अपने घर का गुजारा कैसे करेंगे? अमृतसर में जोमैटो के मुलाजमों ने कंपनी के खिलाफ प्रदर्शन किया। जोमैटो के मुलाजिम दिन ब दिन कंपनी की तरफ से उनके पैसे कम करने पर प्रदर्शन कर रहे थे। मुलाजमों का कहना है कि कंपनी दिन ब दिन अपना प्रॉफिट बढ़ा रही है लेकिन मुलाजमों को मिलने वाला पैसा कम कर रही है। पहले जब कंपनी नई नई आई थी तो मुलाजमों को 35 रुपये पर डिलीवरी दिए जाते थे लेकिन अब उसको कम कर दिया गया है और 20 रुपये दिए जा रहे हैं। 20 रुपये में वह अपना घर कैसे चलाएं उनको समझ नहीं आ रहा है। अमृतसर से कवलजीत सिंह की रिपोर्ट। घटना 14 टंके इत्थे लगे जी मेरे इस गर्दन दे उपर। कोई मेडिकल खर्चा कोई नहीं दिता जी, अपने जेब चो करन दिया जी। मैं आप को अजे तक भी है निशान। हाँ मेरा मोटा फ्रैक्चर होया जी, 120 रुपये मैं रोज़ दे के आता जी पट्टी। हाँ जी अपने कोलो मैं करन दिया जी। मैं जी मनदीप सिंह लोक इंसाफ पार्टी का जिला प्रधान अमृतसर तो। अज सवेरे इन्होंने बच्चे ने मैं फोन किया, मैंने कहें जी भाजी सा आ वाला ही धक्का हो रहा वा जी। मैं इतने आ के वेख के इन्हों गलां बात सुनिया, सो भी काफ़ी सीरीयस मैटर है जी। ਸਾਡੇ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਅੱਗੇ ਇੰਨੀ ਜ਼ਿਆਦਾ ਵਾ, ਕੰਮ ਕਾਰ ਹੈ ਨਹੀਂ ਗੇ। ਅਗਰ ਕਿਤੇ ਮਾੜੀ ਮੋਟੀ ਕੰਮ ਦੀ ਉਮੀਦ ਹੈਗੀ ਆ ਤਾਂ ਇਹਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਚੁੱਕ ਕੇ ਇਹਨਾਂ ਨੂੰ ਨਾ ਹੀ ਦਬਾਇਆ ਜਾ ਰਿਹਾ ਵਾ। ਪਹਿਲਾਂ ਨਾ ਹੀ ਕੰਪਨੀ ਇਹਨਾਂ ਨੂੰ 35 ਰੁਪਏ ਰੇਟ ਦਿੰਦੀ ਸੀਗੀ, 35 ਰੁਪਏ ਤੋਂ ਕੀਤਾ 30 ਰੁਪਏ ਕੀਤਾ, 30 ਤੋਂ ਹੁਣ ਕਹਿੰਦੇ ਜੀ 20 ਰੁਪਏ ਦਿਆਂਗੇ ਜੀ। ਸਾਡੇ ਕੋਲ ਨਾ ਹੀ ਬਹੁਤ ਜਨਤਾ ਕੰਮ ਕਰਨ ਵਾਸਤੇ ਗਈ ਆ, ਜੋਮੈਟੋ ਵਾਲੇ ਜੀ। ਮੇਰੀ ਨਾ ਜੀ DC ਸਾਹਿਬ ਨੂੰ ਇਹਦੀ ਮੰਗ ਹੈਗੀ ਆ ਵੀ ਸਾਡੇ ਬੱਚਿਆਂ ਦਾ ਜਿਹੜਾ ਮਜਬੂਰੀ ਦਾ ਜਿਹੜਾ ਹਨਨ ਹੋ ਰਿਹਾ ਵਾ, ਅੱਗੇ ਆ ਕੇ ਇਹਨਾਂ ਦੀਆਂ ਮੰਗਾਂ ਸੁਣੀਆਂ ਜਾਣ ਅਤੇ ਜਿਹੜੀ ਉਹ ਵਾਲੀ ਕੰਪਨੀ ਧੱਕੇਸ਼ਾਹੀ ਕਰਦੀ ਪਈ ਆ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇ। ਆਹ ਵਾਲਾ ਲੜਕਾ 2 ਵਾਰੀ ਐਕਸੀਡੈਂਟ ਨਾਲ ਹੀ ਹੋ ਚੁੱਕਾ ਇਸ ਬੱਚੇ ਦਾ, ਅਤੇ ਇਹਨਾਂ ਦੀ ਕੰਪਨੀ ਨੇ। ਹਾਂਜੀ ਸਰ, ਮੇਰਾ ਨਾਂ ਹਰਦੀਪ ਸਿੰਘ ਹੈ, ਮੈਂ ਜੋਮੈਟੋ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਵਾਂ। ਸਰ ਇਸ ਕੰਪਨੀ ਜਦੋਂ ਸ਼ੁਰੂ ਤੋਂ ਆਈ ਸੀ ਮਰਚੈਂਟ ਦੇ ਕੋਲ ਇਹ ਸਿਰਫ 10-15% ਕਮਿਸ਼ਨ ਲੈਂਦੀ ਸੀ, ਪਰ ਅੱਜ ਮਰਚਨ ਦੇ ਕੋਲ 25% ਲੈ ਜਾ ਰਹੀ ਆ, ਉਹਨਾਂ ਦੇ ਕੋਲ ਵਧਾਈ ਜਾ ਰਹੀ ਆ ਪਰ ਸਾਨੂੰ ਪੈਸੇ ਘਟਾਈ ਜਾ ਰਹੀ ਆ। ਸਰ ਸਾਨੂੰ ਪਹਿਲਾਂ ਤਾਂ 35 ਸੀ, ਉਸ ਤੋਂ ਬਾਅਦ 30 ਕੀਤੇ ਆ, ਹੁਣ ਕਹਿ ਰਹੇ ਆ ਵੀ ਤੁਹਾਨੂੰ 20 ਦੇਣੇ ਹੈਗੇ। ਰੇਟਿੰਗ ਇਨਸੈਂਟਿਵ ਆ ਕੋਈ ਦਿੰਦਾ ਵਾ, ਕੋਈ ਵੀ ਨਹੀਂ ਵੀ ਦਿੰਦਾ। ਦੂਜੀ ਗੱਲ ਸਰ, ਸਾਡੇ 3-4 ਮਹੀਨਿਆਂ ਦੇ ਵਿੱਚ ਸਾਡਾ ਮੋਟਰਸਾਈਕਲ ਦਾ ਇੰਜਨ ਬਹਿ ਜਾਂਦਾ, ਉਹਦਾ ਸਾਨੂੰ ਖਰਚਾ ਕੋਈ ਨਹੀਂ ਮਿਲਦਾ। ਹੁਣ ਸਾਡੇ ਕਿਸੇ ਦੇ ਸੱਟ ਪੇਟ ਲੱਗਦੀ ਆ ਉਹਦੇ ਵਿੱਚ ਵੀ ਸਾਡਾ ਕੋਈ ਸੁਣਵਾਈ ਨਹੀਂ ਹੁੰਦੀ। ਹਾਂਜੀ ਸਰ, ਸਾਡੀ ਕੋਈ ਮੰਗ ਨਹੀਂ ਪੂਰੀ ਹੋ ਰਹੀ। ਅਸੀਂ ਇਹੋ ਚਾਹੁੰਦੇ ਹਾਂ ਵੀ ਸਾਡੀਆਂ ਜਿਹੜੀਆਂ ਵੀ ਮੰਗਾਂ ਵਾ ਉਹ ਸਾਡੀਆਂ ਪੂਰੀਆਂ ਕੀਤੀਆਂ ਜਾਣ, ਸਾਰੇ ਰਾਈਡਰ ਕੰਮ ਕਰਨ। ਦੂਜਾ ਸਰ, ਜਿੰਨੇ ਵੀ ਕਸਟਮਰ ਆ ਕਿਸੇ ਨਾਲ ਕਸਟਮਰ ਜਿੰਨੇ ਆ ਵੀ ਸਹੀ ਵਰਤਾਓ ਨਹੀਂ ਕਰਦੇ। ਥੋੜ੍ਹੀ ਜਿਹੀ ਕਿਤੇ ਟ੍ਰੈਫਿਕ ਦੇ ਵਿੱਚ ਲੇਟ ਹੋ ਜਾਈਏ ਨਾ ਅਤੇ ਕਈ ਗਾਲਾਂ ਕੱਢਣ ਦੇ ਪੈਂਦੇ ਆ, ਕਈ ਕੁਝ ਕਹਿੰਦੇ ਆ, ਕਈ ਕੁਛ ਕਹਿੰਦੇ ਆ। ਇਹ ਸਰ ਜਿੰਨਾ ਚਿਰੇ ਸਾਡਾ ਸਲਿਊਸ਼ਨ ਹੱਲ ਨਹੀਂ ਹੁੰਦਾ ਉਨਾ ਚਿਰ ਅਸੀਂ ਐਵੇਂ ਹੀ ਰਹਾਂਗੇ।